ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਦਿਨਾਂ ਦੇ ਬਾਅਦ ਆਪਾਂ ਅੱਜ ਕਿਚਨ ਦੇ ਵਿੱਚ ਆਏ ਹਾਂ ਅਤੇ ਵੀਡੀਓ ਬਣਾਉਣ ਲਈ ਬਸ ਹਲਕਾ ਫੁਲਕਾ ਜਿਹਾ ਸੈਲਡ ਬਣਾ ਕੇ ਖਾਣਾ ਸੀਗਾ ਅਤੇ ਜਿਹਦੀ ਤਿਆਰੀ ਕਰਨ ਲੱਗੇ ਹਾਂ। ਪਿੱਛੇ ਚੱਲਦੇ ਹਾਂ ਬਰੋਕਲੀ ਵਗੈਰਾ ਤੋੜ ਕੇ ਲੈ ਕੇ ਆਉਣਾ ਅਤੇ ਸਭ ਤੋਂ ਪਹਿਲਾਂ ਆਪਾਂ ਨੇ ਆਪਣਾ ਦਹੀਂ ਇਹਦੇ ਵਿੱਚ ਰੱਖਦਾ ਜਿਹਦੇ ਲਈ ਆਪਾਂ ਨੇ ਮਿੱਠੀ ਕਰੀਮ ਬਣਾਉਣੀ ਹੈ ਅਤੇ ਕੋਈ ਉਹਦਾ ਪਾਣੀ ਜਿਹਾ ਨੁਚੜ ਜੂਗਾ ਸਾਰਾ, ਜਿਹੜੀ ਖਟਾਸ ਹੁੰਦੀ ਆ ਫਿਰ ਉਹ ਇਹਦੀ ਖਤਮ ਹੋ ਜੂਗੀ। ਅਤੇ ਹੁਣ ਆਪਾਂ ਪਾ ਲਿਆ ਸੀ ਪਹਿਲਾਂ ਹੀ ਅਤੇ ਹੁਣ ਇਹਨੂੰ ਆਪਾਂ ਬੰਨ ਕੇ ਥੋੜ੍ਹਾ ਜਿਹਾ ਰੱਖ ਦਿੰਦੇ ਹਾਂ। ਪਹਿਲਾਂ ਇਹਦਾ ਐਵੇਂ ਰਾਇਤਾ ਜ਼ਰੂਰ ਬਹੁਤ ਬਣਾਉਂਦੇ ਹੁੰਦੇ ਸੀ ਲੱਸੀ ਰੱਖ ਕੇ। ਬਹੁਤ ਐਤਕੀ ਵੀ ਬਣਾਇਆ, ਭੂਆ ਨੇ ਤੇਰੀ ਨੇ ਕਿੰਨਾ ਹੀ ਭੇਜਤਾ ਸੀ ਜਸਵੀਰ ਨੇ, ਐਡੀ ਕੈਨੀ ਭਰ ਕੇ, ਇੰਨਾ ਜ਼ਿਆਦਾ ਮਿੱਠਾ ਸੀ ਬਹੁਤ। ਚਲੀ ਬੈਕ ਜਾ ਨਾਲੇ ਪਿਆਜ਼ ਪੱਟ ਲਿਆਵਾਂਗੇ। ਜੇ ਤੁਹਾਡੇ ਕੋਲ ਟੰਗਣੇ ਵਾਲੀ ਆਪਸ਼ਨ ਹੈਗੀ ਆ ਤੁਸੀਂ ਟੰਗ ਸਕਦੇ ਹੋ। ਹਾਂ ਬਸ ਇੱਥੇ ਹੁੰਦਾ ਮੈਂ ਇੱਥੇ ਟੰਗਦੀ ਨਹੀਂ। ਹਾਂਜੀ ਨਹੀਂ ਮਤਲਬ ਉਹਦਾ ਵੀਡੀਓ 'ਚ ਦੱਸਦੀ ਹਾਂ ਵੀ ਨਹੀਂ ਤੁਸੀਂ ਆਹ ਵਾਲਾ ਤਰੀਕਾ ਕਰ ਲਓ। ਜਿੰਨਾ ਕੁ ਪਾਣੀ ਹੋਊਗਾ ਨੁਚੜ ਜੂਗਾ। ਅਤੇ ਹੁਣ ਆਪਾਂ ਚੱਲਦੇ ਹਾਂ ਨਾਲੇ ਸਾਰਾ ਪਿਆਜ਼ ਪੱਟ ਕੇ ਲਿਆਉਂਦੇ ਹਾਂ। ਥੋੜ੍ਹਾ ਬਹੁਤਾ ਧਨੀਆ ਵਗੈਰਾ ਲਿਆਵਾਂਗੇ, 4 ਕੁ ਪੱਤੇ, ਪਾਲਕ ਵੀ ਪਾ ਲਓ, ਕੁਛ ਮਰਜ਼ੀ ਪਾ ਲਓ। ਅਤੇ ਜੀ ਸੈਲਡ ਮੇਨ ਆਪਾਂ ਨੇ ਬਰੋਕਲੀ ਲੈਣੀ ਆ। ਇੱਧਰ ਮਿਸਤਰੀ ਲੱਗਿਆ ਹੋਇਆ, ਖਿੜਕੀਆਂ ਦਰਵਾਜ਼ੇ ਲੱਗ ਰਹੇ ਨੇ ਇਸ ਕਰਕੇ ਗੂੰਜ ਪੈ ਰਹੀ ਆ। ਸਾਡੇ ਗਵਾਂਢੀਆਂ ਦੇ ਵਿਆਹ ਆ। ਵਿਆਹ ਕਿਹਦਾ, ਕਹਿ ਦੋ ਕੀ ਪਤਾ ਹੋਈ ਜਾਵੇ। ਵਿਆਹ ਨਹੀਂ ਹੈਗਾ ਅਜੇ, ਅੱਜ ਤਾਂ ਮਕਾਨ ਬਣਾਉਣ ਲੱਗੇ ਹੋਏ ਨੇ, ਉਹਦੇ ਬਾਅਦ 'ਚ ਦੇਖਣਗੇ ਵਿਆਹ ਤਾਂ। ਅਤੇ ਪਿੱਛੇ ਪਿਆਜ਼ ਕਾਫੀ ਪਿੱਛੇ ਲੱਗੇ ਹੋਏ ਨੇ, ਦੂਰ ਮੈਂ ਪੱਟ ਕੇ ਲੈ ਕੇ ਆਉਂਦੀ ਹਾਂ। ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਬਰੋਕਲੀ ਦੇ। ਬਰੋਕਲੀ ਸਾਡੇ ਕੋਲ ਪਈ ਆ ਤੋੜੀ ਹੋਈ। ਹਾਂ ਮੈਂ 2 ਫੁੱਲ ਤੋੜ ਕੇ ਲੈ ਗਈ ਸੀ ਸਵੇਰੇ ਸਵੇਰੇ, ਉਹ ਚਾਚੀ ਵੱਢ ਕੇ ਲੈ ਗਈ ਵਿਚਾਰੇ ਹੁਣ। ਪਹਿਲਾਂ ਬਰੋਕਲੀ ਨੂੰ ਹਰੀ ਗੋਭੀ ਕਹਿੰਦੇ ਹੁੰਦੇ ਸੀਗੇ ਭਲਾਈਆਂ ਨੇ, ਜਦੋਂ ਪਹਿਲੀ ਪਹਿਲੀ ਵਾਰ ਲਾਈ ਆ ਯੂਨੀਵਰਸਿਟੀ ਤੋਂ, ਜਿਹੜੀ ਕਿੱਟ ਨਹੀਂ ਮਿਲਦੀ ਹੁੰਦੀ ਬੀਆਂ ਰੀਮੀ, ਉਹਦੇ 'ਚ ਸੀਗੀ ਜੀ, ਉਹ ਲਾ ਦਿੰਦੇ ਸੀ ਘਰ ਦੇ ਜਿਹੜੀ ਵੀ ਆ ਗਈ ਚੀਜ਼। ਹਰੀ ਗੋਭੀ ਕਹਿੰਦੇ ਹੁੰਦੇ ਸੀ, ਇਹਦੀ ਸਬਜ਼ੀ ਵੀ ਬਣਾਉਂਦੇ ਰਹੇ ਹਾਂ। ਇੱਧਰ ਸਰੋਂ ਨੂੰ, ਸਰੋਂ ਲੱਗਣ ਲੱਗ ਗਈ, ਸਰੋਂ ਪੱਕ ਚੱਲੀ ਹੁਣ, ਸਰੋਂ ਪੱਕ ਕੇ ਉਹ ਹੋਣ ਲੱਗ ਗਈ ਨਾ। ਉਹੀ ਕਹਿਣ ਲੱਗੀ ਸੀਗੀ ਵਾਰੀ ਨੀ ਆਉਂਦੀ, ਕਦੇ ਕੁਛ ਖਾਣ ਨੂੰ ਨੀ ਲੱਭਦਾ, ਕਦੇ ਬਾਲੀਆਂ ਚੀਜ਼ਾਂ ਹੋ ਜਾਂਦੀਆਂ ਨੇ। ਬਸ ਸਾਡੇ ਚੀਕੂ, ਚੀਕੂ ਹੀ ਨਾ ਮੰਮੀ, ਚੀਕੂ ਹੀ ਆ, ਕਈ ਵਾਰ ਪਤਾ ਨੀ ਲੱਗਦਾ ਸੇਮ ਵਰਾਇਟੀ ਦਾ ਕੁਛ ਹੋਰ ਆ ਜਾਂਦਾ। ਇਹ ਉਦਣ ਵੀ ਐਡੇ ਕੀ ਸੀਗੇ ਜਿੱਦਣ ਮੈਂ ਗਈ ਹਾਂ, ਇਹ ਵੱਡੇ ਨਹੀਂ ਹੋ ਰਹੇ। ਟਵਿੰਸ ਪਿਆਜ਼ ਹੀ ਮਿਲਦੇ ਨੇ ਜ਼ਿਆਦਾ, ਚਾਰ-ਚਾਰ ਦਾ ਜੋੜਾ ਵੀ ਆ। ਇਹ ਕਿਉਂਕਿ ਮੰਮੀ ਤੇ ਚਾਚੀ ਨੇ ਕਾਰਵਾਈ ਪਾਈ ਆ? ਨਹੀਂ ਇਹ ਡੈਡੀ ਨੇ ਲਾਏ ਸੀ। ਅੱਛਾ ਫੇਰ ਠੀਕ ਆ, ਡੈਡੀ ਦੇ ਲਾਏ ਨੇ। ਡੈਡੀ ਕੋਈ ਬਰੀਕ ਬਰੀਕ ਪਿਆਜ਼ੀ ਹੁੰਦੀ ਆ ਨਾ, ਹਾਂਜੀ ਉਹ ਲਾ ਦਿੰਦੇ ਨੇ। ਇਸ ਵਾਰੀ ਤਾਂ ਬਹੁਤ ਵਧੀਆ ਹੋਏ ਨੇ, ਬਹੁਤ ਸੋਹਣੇ ਪਿਆਜ਼ ਨੇ। ਆਲੂ ਵੀ ਬੜੇ ਸੋਹਣੇ ਸੀਗੇ, ਆਲੂ ਵੀ ਬੜੇ ਵਧੀਆ ਨੇ, ਲਾਲ ਲਾਲ ਨਹੀਂ ਆ, ਵੱਧ ਕੇ ਕਾਫੀ ਹਾਂਜੀ ਖਾਣ ਜੋਗੇ ਨਹੀਂ ਨਾ ਹੋਏ ਹਲੇ, ਹਜੇ ਨਹੀਂ। ਹਾਂ ਸਾਡੀ ਬੈਂਗਣੀ ਖਰਾਬ ਜੇ ਹੋਣ ਲੱਗ ਗਈ ਠੰਡ ਨਾ, ਬਹੁਤ ਖਾਧੀ ਹੈ ਇਹ, ਬਹੁਤ ਜ਼ਿਆਦਾ ਲੱਗੀ ਹੈ ਇਸ ਵਾਰੀ ਤਾਂ, ਮੈਨੂੰ ਸਵਾਦ ਲੱਗਦੀ ਆ, ਰਾਜਦੀਪ ਨੂੰ ਬਹੁਤ ਸਵਾਦ ਲੱਗਦੀ ਆ, ਤਾਂ ਹੀ ਸਾਡੀ ਮੱਤ ਮਿਲਦੀ ਆ। ਬਹੁਤ ਲੱਗੇ ਹੋਏ ਨੇ, ਕੀ ਕਰੀਏ ਇਹਨਾਂ ਦਾ ਹੁਣ, ਕੱਲ ਤਾਂ ਖਾ ਕੇ ਹਟਿਆ, ਡੈਡੀ ਨੇ ਜੇ ਫੇਰ ਕਹਿ ਦੇਣਾ ਉਹੀ ਬਣਾ ਲੇ, ਫਿਰ ਆਪਾਂ ਬਣਾ ਲੈਣੇ ਆ ਤੋੜ ਕੇ, ਮੈਨੂੰ ਤੋੜ ਕੇ ਰੱਖ ਲਾਂਗੇ।
ਕੱਲ ਨਹੀਂ ਤਾਂ ਪਰਸੋਂ ਬਣਾ ਲਾਂਗੇ। ਹਾਂਜੀ ਪਰ ਤੋੜ ਕੇ ਰੱਖੇ ਥੋੜੇ ਹੋਰ, ਡੈਡੀ ਨੇ ਤਾਂ ਜੇ ਗੋਭੀ ਖਾਣੀ ਆ ਫਰੈਸ਼ ਜੇ ਵੱਧ ਸਵਾਲ ਉਹੀ ਕਹਿੰਦੀ ਆ ਨਾ, ਤਾਂ ਹੀ ਕਹਿਣੀ ਆ ਮੈਂ ਕਿ ਡੈਡੀ ਨੇ ਹਲੇ ਗੋਭੀ ਦਾ ਆਰਡਰ ਦਿੱਤਾ ਹੋਇਆ। ਇੱਕ ਮੇਰਾ ਪੱਤ ਗੋਭੀ ਮਟਰਾਂ ਵਾਲੀ ਖਾਣ ਨੂੰ ਦਿਲ ਕਰ ਰਿਹਾ। ਗੱਲ ਤੇ ਇਹ ਆ ਨਾ ਕਿ ਵਾਰੀ ਨੀ ਆ ਰਹੀ, ਹਜੇ ਮੈਂ ਮਟਰ ਗਾਜਰਾਂ ਨੀ ਖਾਧੇ ਹੈਗੇ, ਸੀਜ਼ਨ ਦੀ ਸਬਜ਼ੀ ਨੀ ਖਾਧੀ ਮੈਂ, ਅੱਜ ਉਹੀ ਬਣਾ ਦਿੰਨੀ ਆ। ਉਹੀ ਬਣਾ ਲਾ ਜੀ, ਗਾਜਰਾਂ ਪਈਆਂ ਨੇ ਮਟਰ ਵੀ ਪਏ ਨੇ, ਵੈਸੇ ਵੀ ਆਪਾਂ ਤਾਂ ਸਬਜ਼ੀ ਜ਼ਿਆਦਾ ਖਾਈ ਦੀ ਆ, ਰੋਟੀ ਤਾਂ ਦੇਖੀ ਵੀ ਆ। ਐਤਕੀ ਤਾਂ ਭਾਈ ਜੀ ਸਾਡੇ ਸੂੰਗਰੇ ਨੀ ਨਿਬੜ ਰਹੇ, ਹੋਰ ਤਾਂ ਸਭ ਕੁਛ ਠੀਕ ਆ। ਮੈਂ ਗੋਭੀ ਦੇ ਫਲ ਆਇਆ ਪਹਿਲੀ ਵਾਰੀ ਇੰਨਾ ਦੇਖਿਆ, ਲੱਗਿਆ ਕੀ ਆ ਜੀ ਇਹਦੇ ਤੇ? ਹਾਂਜੀ ਗੋਭੀ ਦਾ ਫਲ ਆ, ਬੀਜ ਆ ਗੋਭੀ ਦਾ ਇਹ ਸਾਰਾ, ਤਾਂ ਹੀ ਪਕਾ ਕੇ ਮੈਂ ਕਿਹਾ ਇਹਨੂੰ ਉਹ ਰੱਖ ਲੈਣਾ ਆਪਾਂ ਨੇ, ਵੇਚਿਆ ਕਰਾਂਗੇ, ਵੇਚਣਾ ਤਾਂ ਕੀ ਹੈ ਘਰ ਵਾਸਤੇ ਰੱਖ ਲਾਂਗੇ। ਜਿਵੇਂ ਪਹਿਲੀ ਵਾਰੀ ਦੇਖਿਆ ਬਿਲਕੁਲ ਸਰੋਂ ਵਾਂਗੂ ਹੀ ਲੱਗਿਆ ਹੋਇਆ ਸਾਰਾ। ਅੱਜ ਆਪਾਂ ਬਣਾਵਾਂਗੇ ਗਾਜਰਾਂ ਮਟਰ ਆਲੂ, ਸਾਰੀਆਂ ਚੀਜ਼ਾਂ ਘਰ ਦੀਆਂ, ਆਲੂ ਵੀ ਮਟਰ ਵੀ ਗਾਜਰਾਂ ਵੀ। ਧਨੀਆ ਘੱਟ ਹੋਣ ਲੱਗ ਗਿਆ ਨਾ ਜੀ, ਪਤਾ ਨਹੀਂ ਕੀ ਚੱਕਰ ਆ, ਪਤਾ ਨਹੀਂ 3-4 ਵਾਰ ਬੀਜ ਲਿਆ, ਪਤਾ ਨਹੀਂ ਬੀਜ ਨਹੀਂ ਸੀ ਵਧੀਆ, ਅੱਗੇ ਬਹੁਤ ਧਨੀਆ ਸੀਗਾ, ਪਿਛਲੇ ਸਾਲ ਵੀ ਨਹੀਂ ਹੋਇਆ ਇੰਨਾ, ਬਥੇਰਾ ਫੁੱਟੀ ਜਾਂਦਾ ਜਿਹੜੇ 4 ਬੂਟੇ ਨੇ ਮੁੱਕਦਾ ਨਹੀਂ। ਨਹੀਂ ਚਲੋ ਆਪਣਾ ਉਦਾਂ ਤਾਂ ਸਰਦਾ, ਪਰ ਅੱਗੇ ਮੈਂ ਕਿਹਾ ਬਹੁਤ ਜ਼ਿਆਦਾ ਹੁੰਦਾ ਸੀਗਾ, ਇਸ ਵਾਰ ਇਹੀ ਘੱਟ ਹੋਇਆ, ਪਰ ਇੰਨਾ ਕਿ ਪੈਂਦਾ ਵੀ ਇਹ ਮਾੜਾ ਜਿਹਾ ਹੀ ਹੁੰਦਾ ਆ। ਆਪਾਂ ਨੇ ਬਰੋਕਲੀ ਤੇ ਗਾਜਰਾਂ ਕੱਟ ਲਈਆਂ, ਬਸ ਇਹਨਾਂ ਨੂੰ ਥੋੜਾ ਜਿਹਾ ਬੋਇਲ ਕਰਾਂਗੇ। ਜੇ ਤੁਹਾਡੀ ਇੱਛਾ ਹੋਵੇ ਵੀ ਅਸੀਂ ਕੱਚੇ ਦੇ ਬਣਾ ਕੇ ਖਾਣਾ, ਕੱਚੇ ਦਾ ਵੀ ਖਾ ਸਕਦੇ ਹਾਂ, ਪਰ ਇੱਦਾਂ ਹੁੰਦਾ ਵੀ ਥੋੜੀ ਜਿਹੀ ਸੌਫਟ ਹੋ ਜਾਂਦੀਆਂ ਨੇ। ਤੇ ਮਾੜਾ ਜਿਹਾ ਆਪਾਂ ਨੇ ਨਮਕ ਪਾ ਦਿਆ ਸੀ ਪਾਣੀ ਦੇ ਵਿੱਚ, ਪਾਣੀ ਆਪਣਾ ਰਿੱਝ ਰਿਹਾ, ਨਾਲੇ ਜਿਹੜੇ ਦੰਦਾਂ ਦੇ ਮਰੀਜ਼ ਨੇ ਹਾਂ ਉਹਨਾਂ ਨੂੰ ਥੋੜਾ ਜਿਹਾ ਫਿਰ ਸੌਫਟ ਹੀ ਚਾਹੀਦਾ। ਵੈਸੇ ਤਾਂ ਕੱਚੀ ਵੀ ਬਹੁਤ ਸਵਾਦ ਲੱਗਦੀ ਆ ਸੈਲਡ ਦੇ ਵਿੱਚ, ਪਰ ਆਪਾਂ ਅੱਜ ਬਣਾਵਾਂਗੇ ਇਹਨੂੰ ਬੋਇਲ ਕਰਕੇ। ਤੇ ਜੀ ਹੁਣ ਆਪਾਂ ਜਿਹੜੀ ਸੈਲਡ ਦੇ ਵਿੱਚ ਕਰੀਮ ਪਾਉਣੀ ਆ ਉਹ ਤਿਆਰ ਕਰ ਲੈਂਦੇ ਹਾਂ। ਦਹੀਂ ਆਪਾਂ ਨੇ ਕੱਪੜੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ, ਅਤੇ ਇਹਦਾ ਪਾਣੀ ਸਾਰਾ ਨਿਕਲ ਗਿਆ, ਅਤੇ ਹੁਣ ਆਪਾਂ ਥੋੜ੍ਹੀ ਘਿਓ ਪਾ ਲੈਂਦੇ ਹਾਂ ਵਿੱਚ, ਅਤੇ ਬਾਕੀ ਮਿੱਠੇ ਦੀ ਜਗ੍ਹਾ 'ਤੇ ਆਪਾਂ ਪਾਵਾਂਗੇ ਰਵੀ ਦਾ ਮੈਪਲ ਸਿਰਪ, ਪ੍ਰੋਡਕਟ ਆਫ ਕੈਨੇਡਾ। ਅਤੇ ਜਿੰਨਾ ਕੁ ਤੁਸੀਂ ਮਿੱਠਾ ਖਾਣਾ ਉਨਾ ਕੁ ਪਾ ਲਓ, ਹੈ ਨਾ, ਕਈ ਜ਼ਿਆਦਾ ਮਿੱਠਾ ਪਸੰਦ ਕਰਦੇ ਨੇ ਅਤੇ ਕਈ ਘੱਟ ਕਰਦੇ ਨੇ, ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਫੈਟ ਲਾ ਲਓ। ਫੁੱਲ ਮਿਲਾ ਕੇ ਇਹ ਮਿੱਠਾ ਸੈਲਡ ਬਣ ਗਿਆ। ਹਾਂ ਮਿੱਠਾ ਸੈਲਡ, ਮੇਨ ਬਸ ਆਹੀ ਆ ਵੀ ਇਹਨੇ ਮਿੱਠਾ ਬਣਾ ਦੇਣਾ, ਹੋਰ ਕੁਛ ਨਹੀਂ ਹੈਗਾ। ਬਾਕੀ ਸਬਜ਼ੀਆਂ ਜਿਵੇਂ ਮਰਜ਼ੀ ਖਾ ਲਓ, ਹੈ ਨਾ, ਭਾਵੇਂ ਲੂਣ ਮਿਰਚਾਂ ਵਾਲਾ ਬਣਾ ਕੇ ਖਾ ਲਓ, ਇਹ ਤੁਹਾਡੀ ਆਪਣੀ ਇੱਛਾ। ਆਈ ਥਿੰਕ ਸੋ ਫਰੈਸ਼ ਕਰੀਮ ਵੀ ਯੂਜ਼ ਕਰ ਸਕਦੇ। ਹਾਂ ਜੇ ਹੁਣ ਅਸੀਂ ਸ਼ਹਿਰ 'ਚ ਨਹੀਂ ਰਹਿੰਦੇ, ਅਸੀਂ ਆਪਣੀ ਕਰੀਮ ਤਿਆਰ ਕਰ ਲਈ, ਸਾਡੇ ਕੋਲ ਉਹ ਹੈ ਨਹੀਂ ਗੀ, ਜੇ ਤੁਸੀਂ ਉਹ ਵੀ ਸਕਿੱਪ ਕਰਨੀ, ਹੈਲਦੀ ਵਰਜਨ ਚਾਹੀਦਾ ਤੁਹਾਨੂੰ, ਹਾਂ ਤਾਂ ਤੁਸੀਂ ਉਹ ਕਰੀਮ ਖਾ ਲਓ, ਕਿਉਂਕਿ ਸਾਨੂੰ ਦਰਾਹੇ ਜਾਣਾ ਪੈਂਦਾ ਜੇ ਅਸੀਂ ਲੈ ਕੇ ਆਉਣੀ ਆ। ਮੈਂ ਕਿਹਾ ਉਹਦਾ ਕੀ ਖਾਣਾ, ਤੂੰ ਵਧੀਆ ਖਾ ਡੈਡੀ, ਉਹ ਵੀ ਸੇਮ ਹੀ ਆ। ਨਹੀਂ ਪੁੱਤ
ਸੇਮ ਕੰਪਨੀ ਦੀ ਆਉਂਦੀ ਆ ਜੀ ਲਾਲਾ ਜੀ ਦੇ ਮੁੰਡੇ ਨੇ ਜੀ ਆਹ ਵੇਚਣੀ ਸੀ ਮੋਨੂ ਨੇ ਵੇਚਣੀ ਸੀ ਤਰੀਕ ਤਾਂ ਹੈਗੀ ਆ ਕੀ ਬਣਾਉਣ ਲੱਗੇ ਸੈਲਡ ਡੈਡੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦੇ ਤੇਰੀ ਮੰਮੀ ਨੇ ਅੱਜ ਪਤਾ ਨੀ ਕੀ ਚੀਜ਼ ਬਣਾਈ ਅੱਜ ਤੱਕ ਕਦੇ ਨੀ ਖਾਧੀ ਕਹਿੰਦੇ ਇੰਨੀ ਸਵਾਦ ਬਹੁਤ ਸਵਾਦ ਫਿਰ ਮੈਨੂੰ ਰਾਜਦੀਪ ਨੇ ਫੋਟੋ ਬਣਾਈ ਤੇਰੀ ਮੰਮੀ ਨੇ ਰਾਜਦੀਪ ਵਾਸਤੇ ਵੀ ਰੱਖੀ ਮੰਮੀ ਤਾਂ ਰੱਖਦੇ ਆ ਹੁਣ ਰਾਜਦੀਪ ਵੀ ਵੱਡਾ ਹੋ ਕੇ ਵਿਗੜ ਗਿਆ ਹੁਣ ਉਹ ਵੱਡੇ ਹੋ ਗਏ ਹੁਣ ਆਉਂਦੇ ਘੱਟ ਨੇ ਹੁਣ ਫੋਨ ਤੇ ਟਾਈਮ ਵੇਸਟ ਕਰ ਲੈਂਦੇ ਨੇ ਇੱਕ ਮਹੀਨਾ ਹੋਆ ਜਿਹੜਾ ਬਿਜ਼ਨਸ ਘੱਟ ਕਰਦਾ ਫੋਨ ਤੇ ਜਿਹੜਾ ਤੁਸੀਂ ਟਾਈਮ ਕਰਦੇ ਹੋ ਫੋਨ ਤੇ ਤੇ ਜੀ ਬਾਕੀ ਕਾਫੀ ਸਾਰਾ ਬਣ ਜਾਣਾ ਮੈਨੂੰ ਤਾਂ ਲੱਗਦਾ ਰਾਤ ਨੂੰ ਰੋਟੀ ਬਣਾਉਣ ਦੀ ਲੋੜ ਨਹੀਂ ਹੈਗੀ ਤੇ ਲਓ ਜੀ ਹੁਣ ਆਪਾਂ ਨੇ ਜਿਹੜੀਆਂ ਸਬਜ਼ੀਆਂ ਵਗੈਰਾ ਕੱਟ ਕੇ ਰੱਖੀਆਂ ਸੀਗੀਆਂ ਇਹ ਤਾਂ ਆਂਡੀ ਗਵਾਂਢੀ ਬੁਲਾਉਣੇ ਪੈਣਗੇ ਇਹ ਨਾ ਉੱਪਰ ਹੈਗੇ ਆਂਡੀ ਗਵਾਂਢੀ ਕਦੇ ਬੁਲਾਉਣੇ ਨੇ ਉੱਪਰ ਤੇ ਵਿੱਚ ਹੀ ਪਾ ਦਾਂਗੇ ਆਪਾਂ ਅਨਾਰ ਇੰਨਾ ਨਹੀਂ ਨਾ ਨਿਬੜਨਾ ਨਹੀਂ ਨਿਬੜ ਜਾਣਾ ਉਹ ਤਾਂ ਮਿੰਟ ਚ ਹੀ ਨਿਬੜ ਦੇਣਾ ਨਹੀਂ ਇੱਦਾਂ ਕਰਦੇ ਤੇ ਹੁਣ ਸਵਾਦ ਹੀ ਬਹੁਤ ਕਹਾਣਾ ਬੁੜੀਆਂ ਦਾ ਮੇਰੇ ਵਰਗੀਆਂ ਦਾ ਬੀਬੀਆਂ ਭੈਣਾਂ ਦਾ ਮੱਕੀ ਦੇ ਦਾਣੇ ਫਿਰ ਬਣਾਉਣ ਲੱਗੇ ਸੀਗੇ ਨਾ ਏਦਾਂ ਨੀ ਜਾ ਸਕਦੇ ਹਰਾ ਚਾਰਾ ਪਾ ਲੈਣੇ ਉੱਪਰ ਆਪਾਂ ਬਹੁਤ ਹੀ ਸਵਾਦ ਲੱਗਦਾ ਸਾਰੇ ਕਹਿੰਦੇ ਨੇ ਇਹ ਵੈਸੇ ਹੀ ਕਿੰਨਾ ਸੋਹਣਾ ਲੱਗਦਾ ਮੈਂ ਜੇ ਤੁਸੀਂ ਹੁਣ ਮਿੱਠਾ ਨਹੀਂ ਖਾਣਾ ਹੈਗਾ ਨਾ ਇਹਦੇ ਵਿੱਚ ਕਾਲੀ ਮਿਰਚ ਪਾ ਲਓ ਕਾਲਾ ਨਮਕ ਪਾ ਲਓ ਦੂਜਾ ਪਾ ਲਓ ਜੇ ਥੋੜਾ ਸਪਾਈਸੀ ਖਾਣਾ ਚਾਹੁੰਦੇ ਹੋ ਤਾਂ ਗ੍ਰੀਨ ਮਿਰਚ ਕੱਟ ਕੇ ਪਾ ਲਓ ਜੇ ਤੂੰ ਸ਼ਹਿਰ 'ਚ ਵੀ ਇਹ ਜਾਂਦੀ ਤੇ ਫਿਰ ਤਾਂ ਦੇਖਿਆ ਕਰਨਾ ਸੀਗਾ ਵੀ ਇਹ ਗੋਭੀ ਦੇ ਫੁੱਲ ਦਰਖਤ ਨੂੰ ਲੱਗਦੇ ਨੇ ਜਾਂ ਵੀ ਬੂਟਾ ਹੁੰਦਾ ਇਹਦਾ ਨਹੀਂ ਪਹਿਲਾਂ ਮੈਂ ਦੇਖੇ ਹੋਏ ਸੀ ਨਾ ਆਪਣੇ ਪਿੰਡ ਹੈ ਪਿੰਡ ਦੇਖੇ ਹੋਏ ਸੀ ਵੀ ਦਸ ਨੂੰ ਲੱਗਦੇ ਨੇ ਡੈਡੀ ਨੇ ਅੱਜ ਮੈਂ ਕਿਹੜਾ ਸ਼ਹਿਰ 'ਚ ਹੋਣਾ ਸੀ ਡੈਡੀ ਅੱਜ ਕੀ ਕਹਿੰਦੇ ਸੀਗੇ ਕਹਿੰਦੇ ਹੁਣ ਰਜਾਈ ਚ ਪਈ ਆ ਤੈਨੂੰ ਵੀ ਕਹਿੰਦੇ ਸੀ ਅੱਜ ਰਜਾਈ ਚ ਵੀ ਨਹੀਂ ਲੈ ਲਓ ਤੂੰ ਆਪਣੀ ਸੀਗੀ ਮਗਨ ਮੰਮੀ ਆਪਣੇ ਚ ਮੈਂ ਬੈਠਾ ਸੀਗਾ ਜੇ ਹੁਣ ਮੈਂ ਕੋਈ ਗੱਲ ਛੱਡੂਗਾ ਕਹੂੰਗਾ ਫਿਰ ਗੱਲ ਤੁਰ ਅਸੀਂ ਕਿਹੜਾ ਡੈਡੀ ਗੁੱਸਾ ਕਰਿਆ ਜੀ ਜਿਹਦਾ ਉੱਥੇ ਰਿਸ਼ਤਾ ਹੋ ਜਾਂਦਾ ਕੀ ਕਰਦੀ ਪਹਿਲਾਂ ਕਿਸੇ ਨੇ ਡੈਡੀ ਰਿਸ਼ਤੇ ਦੀ ਦੱਸ ਪਾਈ ਸੀਗੀ ਇੱਕ ਥਾਂ ਡੈਡੀ ਨੂੰ ਬਿਊਟੀ ਚਾਚੀ ਕਹਿੰਦੇ ਸੈਲਡ ਤਿਆਰ ਆ ਆਪਣਾ ਚਾਚੀ ਜੀ ਵੀ ਆ ਗਏ ਟਾਈਮ ਤੇ
ਚਾਚੀ ਜੀ ਨੇ ਪਰ ਉਹ ਕਰ ਲਿਆ, ਚਾਹ ਪੀ ਰਹੇ ਨੇ ਪਰ ਇਹ ਤਾਂ ਖਾ ਸਕਦੇ ਖਾ ਸਕਦੇ ਹੋ ਇਹਦੇ ਚ ਕੀ ਆ ਚਾਹ ਦੀ ਗੱਲ ਦੀ ਤਾਂ ਹੈ ਹੀ ਨਹੀਂ ਕੁਛ ਇਹਦੇ ਚ ਹੁਣ ਮੈਂ ਸੋਚਦੀ ਆ ਖਾ ਲੈਣਾ ਚਾਹੀਦਾ ਆ ਚਾਚੀ ਦੇ ਲੱਗੂਗਾ ਇੰਨੀ ਮਿੱਠੀ ਖਾ ਕਿੰਨੀ ਕ ਤੇਰੀ ਮੈਂ ਖਾਇਆ ਸੀ ਉਸ ਦਿਨ ਹਾਂ ਉਦੋਂ ਵੀ ਖਾਧਾ ਸੀ ਅੱਜ ਮੈਂ ਖਾ ਕੇ ਦੇਖ ਇੱਕ ਚਮਚੇ ਨਾਲ ਹੀ ਸਾਨੂੰ ਨਹੀਂ ਲੱਗਦਾ ਬਹੁਤ ਸਵਾਦ ਆ ਜੇ ਆਪਾਂ ਖੰਜੂਰਾ ਪਾ ਦਿੰਦੇ ਹਾਂ ਫਿਰ ਉਦੋਂ ਵੀ ਵਧੀਆ ਗੱਲ ਬਣ ਜਾਂਦੀ ਸੀ ਮਿੱਠੀਆਂ ਹੈਲਦੀ ਆ ਇੱਕ ਮੈਂ ਚਾਚੀ ਜੀ ਹੋਣਾਂ ਲਈ ਰੈਸਪੀ ਬ੍ਰੈਡ ਬਣਾਉਣੇ ਸਿੱਖ ਰਹੀ ਹਾਂ ਕਿਹੜੇ ਬ੍ਰੈਡ ਗਲੂਟਨ ਫ੍ਰੀ ਅੱਛਾ ਵਧੀਆ ਵਧੀਆ ਸਿੱਖ ਲਓ ਵੀ ਗੁੱਡ ਸ਼ਾਵਾ ਸੱਸ ਨੂੰਹ ਦੇ ਜਿਹਨਾਂ ਨੇ ਬਣਾਇਆ ਉਹ ਖਾਇਆ ਕਿਵੇਂ ਲੱਗਿਆ ਮੰਮੀ ਬਹੁਤ ਸਵਾਦ ਆ ਮੈਂ ਉਦਣ ਵੀ ਬਣਾ ਕੇ ਖਾਧਾ ਸੀਗਾ ਜਿਹੜੇ ਆਪਾਂ ਅਨਾਰ ਪਾ ਲੈਂਦੇ ਹਾਂ ਇਹਦੇ ਨਾਲ ਹੋਰ ਵੀ ਜ਼ਿਆਦਾ ਸਵਾਦ ਲੈਂਦਾ ਅਤੇ ਜਦੋਂ ਕਿਤੇ ਕਿਤੇ ਆਉਂਦਾ ਮਿੱਠਾ ਅਤੇ ਬਹੁਤ ਸਵਾਦ ਆਉਂਦਾ ਹਜੇ ਸਾਡੇ ਕੋਲ ਐਪਲ ਨਹੀਂ ਹੈਗੇ ਸੀਗੇ ਨਹੀਂ ਤਾਂ ਕੁਛ ਵੀ ਪਾ ਲਓ ਤੁਸੀਂ ਇਹਦੇ ਵਿੱਚ ਜਿਹੜਾ ਜਿਵੇਂ ਐਪਲ ਵੀ ਪਾ ਸਕਦੇ ਹਾਂ ਨਾ ਅਤੇ ਜਿਵੇਂ ਕੋਈ ਰਸ ਵਾਲਾ ਹਾਂ ਕੇਲਾ ਪਾ ਸਕਦੇ ਹਾਂ ਜਿਵੇਂ ਜ਼ਿਆਦਾ ਰਸ ਵਾਲਾ ਫਰੂਟ ਹੁੰਦਾ ਪਰ ਕੇਲੇ ਨੇ ਉਹ ਹੋ ਜਾਣਾ ਕੇਲਾ ਪਿੱਛੇ ਜਾਂਦਾ ਨਾ ਵਿੱਚ ਕਾਲਾ ਹੋ ਜਾਂਦਾ ਪਾਣੀ ਜਾ ਉਹਦੇ ਨਾਲ ਹੋਰ ਹੋ ਜਾਣਾ ਮੈਂ ਕਿਹਾ ਦਾ ਸੀ ਵੀ ਮੈਂ ਮੰਡੀ ਨੂੰ ਚੱਲਿਆ ਕੁਛ ਲਿਆਵਾਂ ਡੈਡ ਜੀ ਅਸੀਂ ਪੈਸੇ ਨਹੀਂ ਲਵਾਉਣੇ ਤੇ ਬਾਹਰ ਆ ਜਾਣਾ ਸੀ ਹੁਣ ਸਿਆਣੀ ਮੰਮੀ ਦਾ ਸਿਆਣੀਆਂ ਨੇ ਪੈਸੇ ਖਰਚੇ ਜਾਣੇ ਸੀ ਕਿਹਨੇ ਕਿ ਮੇਰੇ ਘਰ ਹਾਂਜੀ ਪਤੀ ਪਰਮੇਸ਼ਰ ਦੇ ਪੈਸੇ ਨਾ ਖਰਚੇ ਜਾਣੇ ਪੈਸੇ ਬਚਾਏ ਆ ਦੇਖੋ ਜੀ ਗੁੱਡ ਸ਼ਾਬਾਸ਼ ਤੇ ਲਓ ਜੀ ਸਾਨੂੰ ਤਾਂ ਲੱਗਿਆ ਬਹੁਤ ਸਵਾਦ ਬੱਚਾ ਪਾਰਟੀ ਕਿਉਂਕਿ ਛੁੱਟੀ ਆ ਉੱਪਰ ਆ ਅਤੇ ਜਦੋਂ ਆਉਣਗੇ ਉਹ ਖਾ ਜਾਣਗੇ ਅਤੇ ਇੱਥੇ ਆਪਾਂ ਆਪਣੀ ਵੀਡੀਓ ਐਂਡ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।